13 मार्च 2020 ਨੂੰ ਰਿਲੀਜ਼ ਹੋਣ ਜਾ ਰਹੀ ਚੱਲ ਮੇਰਾ ਪੁੱਤ 2 ਦਾ ਟ੍ਰੇਲਰ ਕੱਲ੍ਹ ਰਿਲੀਜ਼ ਕਰ ਦਿੱਤਾ ਗਿਆ। ਇਸ ਟ੍ਰੇਲਰ ਤੋਂ ਹੀ ਪਤਾ ਲੱਗਦਾ ਹੈ ਕਿ ਦਰਸ਼ਕਾਂ ਨੂੰ ਇਸ ਫਿਲਮ ਦੀ ਕਾਫੀ ਉਮੀਦ ਸੀ ਕਿਉਂਕਿ ਇਹ ਟ੍ਰੇਲਰ ਨੰਬਰ 1 ਟ੍ਰੈਂਡਿੰਗ 'ਤੇ ਚੱਲ ਰਿਹਾ। ਟ੍ਰੇਲਰ ਦੀ ਸ਼ੁਰੂਆਤ ਵਿੱਚ ਹੀ ਕਾਮੇਡੀ ਪੰਚਸ ਦੇਖਣ ਨੂੰ ਮਿਲਦੇ ਨੇ ਅਤੇ ਅਮਰਿੰਦਰ ਗਿੱਲ ਅਤੇ ਇਫਤਿਕਾਰ ਠਾਕੁਰ ਦੀ ਜੁਗਲਬੰਦੀ ਵੀ ਕਾਫੀ ਵਧੀਆ ਲੱਗ ਰਹੀ ਹੈ। ਫਿਲਮ ਵਿੱਚ ਇੱਕ ਹੋਰ ਖਾਸ ਗੱਲ ਦੇਖਣ ਨੂੰ ਮਿਲੇਗੀ ਕਿ ਫਿਲਮ ਦੇ ਵਿੱਚ 2 ਕੈਰੈਕਟਰਸ ਹੋਰ ਐਡ ਹੋਏ ਨੇ। ਇਹਨਾਂ ਕੈਰੈਕਟਰਸ ਦੇ ਵਿੱਚੋਂ ਇੱਕ ਨੇ ਗੈਰੀ ਸੰਧੂ ਅਤੇ ਇੱਕ ਨੇ ਪਾਕਿਸਤਾਨੀ ਸਟੇਜ ਕਮੇਡੀਅਨ ਜ਼ਾਫਰੀ ਖਾਨ। ਉਹਨਾਂ ਦੇ ਐਡ ਹੋਣ ਦੇ ਨਾਲ ਟ੍ਰੇਲਰ ਦੀ ਰੌਣਕ ਹੋਰ ਜ਼ਿਆਦਾ ਵੱਧ ਗਈ ਹੈ। ਫਿਲਮ ਦੇ ਵਿੱਚ ਫਿਲਮ ਦੀ ਲੀਡ ਐਕਟਰੈਸ ਸਿੰਮੀ ਚਹਿਲ ਨਾਲ ਅਮਰਿੰਦਰ ਗਿੱਲ ਦੇ ਨਾਲ ਨਾਲ ਗੈਰੀ ਸੰਧੂ ਵੀ ਫਲਰਟ ਕਰਦੇ ਨਜ਼ਰ ਆਉਣਗੇ। ਜੇ ਫਿਲਮ ਦੇ ਮਿਊਜ਼ਿਕ ਦੀ ਗੱਲ ਕਰੀਏ ਤਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਵੀ ਕਾਫੀ ਗਾਣੇ ਸੁਣਨ ਨੂੰ ਮਿਲਣਗੇ ਅਤੇ ਫਿਲਮ ਦਾ ਬੈਕਗ੍ਰਾਉਂਡ ਮਿਊਜ਼ਿਕ ਵੀ ਕਾਫੀ ਅੱਛਾ ਲੱਗ ਰਿਹਾ। ਰਿਦਮ ਬੋਇਜ਼ ਐਂਟਰਟੇਨਮੈਂਟ, ਗਿੱਲਸ ਨੈਟਵਰਕ, ਓਮਜੀ ਸਟਾਰ ਸਟੂਡੀਓਜ਼ ਐਂਡ ਫੈਂਟਸੀ ਫਿਲਮਸ ਦੇ ਬੈਨਰ ਅੰਡਰ ਬਣੀ ਹੋਈ ਇਸ ਫਿਲਮ ਨੂੰ ਇਸ ਵਾਰ ਵੀ ਡਾਇਰੈਕਟ ਕੀਤਾ ਜਨਜੋਤ ਸਿੰਘ ਨੇ। ਟ੍ਰੇਲਰ ਦੇ ਅਖੀਰ ਵਿੱਚ ਕੁਝ ਇਮੋਸ਼ਨਲ ਸੀਨਸ ਵੀ ਨਜ਼ਰ ਆ ਰਹੇ ਨੇ, ਯਾਨੀ ਕਿ ਇਹ ਫਿਲਮ ਹੈ ਕੰਪਲੀਟ ਪੈਕੇਜ ਐਂਟਰਟੇਨਮੈਂਟ ਦਾ, ਜਿਹਦੇ ਵਿੱਚ ਸਾਨੂੰ ਕਾਮੇਡੀ, ਰੋਮਾਂਸ ਅਤੇ ਇਮੋਸ਼ਨਲ ਸੀਨਸ ਦੇਖਣ ਨੂੰ ਮਿਲਣਗੇ। ਇਸ ਫਿਲਮ ਨੂੰ ਲਿਖਿਆ ਹੈ ਰਾਕੇਸ਼ ਧਵਨ ਨੇ ਅਤੇ ਇਸ ਫਿਲਮ ਦਾ ਸਕ੍ਰੀਨਪਲੇ ਦਿੱਤਾ ਹੈ ਰਾਕੇਸ਼ ਧਵਨ ਦੇ ਨਾਲ ਸੁਨੀਲ ਧਵਨ। ਇਸ ਫਿਲਮ ਦੇ ਕ੍ਰੀਏਟਿਵ ਪ੍ਰੋਡਿਊਸਰ ਨੇ ਕਾਰਜ ਗਿੱਲ ਅਤੇ ਇਸ ਫਿਲਮ ਦਾ ਮਿਊਜ਼ਿਕ ਦਿੱਤਾ ਹੈ ਡਾਕਟਰ ਜ਼ੀਐਸ ਨੇ। ਚੱਲ ਮੇਰਾ ਪੁੱਤ 2 ਨੂੰ 13 ਮਾਰਚ ਨੂੰ ਸਿਨੇਮਾ ਘਰਾਂ ਦੇ ਵਿੱਚ ਦੇਖਿਆ ਜਾਏਗਾ। ਹੁਣ ਦੇਖਣਾ ਇਹ ਹੈ ਦਰਸ਼ਕਾਂ ਨੂੰ ਕਿਹੜਾ ਭਾਗ ਸਭ ਤੋਂ ਜ਼ਿਆਦਾ ਵਧੀਆ ਲੱਗਿਆ। ਇਸ ਫਿਲਮ ਦੀ ਅਪਡੇਟਸ ਅਤੇ ਹੋਰਨਾਂ ਫਿਲਮਾਂ ਦੇ ਲਈ ਤੁਸੀਂ ਜੁੜੇ ਰਹੋ ਪੰਜਾਬੀ ਗਰੂਵਜ਼ ਦੇ ਨਾਲ।